कैमरे सामने सारे मुक अज ने काम होना इथे अज इन बिमार हो गया बेचारा क्यों गुरी स्टार जा पंप ते आ गए ही हैं क्या वा ये कपड़े मिल भाई करने तो ले भी दूध किने किड़ के ले आए टाइम तो सेड़ जानू ओ बहन दिया कार्ड ले सड़ा करो सानू सड़ा गल मल वालो चंगे तगड़े भरा सुख लो ठीक है एटा दा पूरा ध्यान रखा जा रहा मेरे पर बंदे साडे धोखा दे गए सानू कते नहीं हटदे बाहर लगी ता रही रात दो तीन बजे तो वैसे साडे नाल जागते रहिंदे महफल लाई हुंदी कदे इधर बह जा कदे पार्क बह जा दो तीन बजे सौंदे बंदे साडे मैं तो सौ जांदा जदो कई 11-12 बजे मैं 12 बजे पहला पै जाना हूँ ये जागते रहते सारे है माणो बापू ने कई पास की खिच दी तैयारी मैं बाहर गड्डी स्टार्ट की मैं तो की गड्डी ठंडी जब साइड पर करूँगा तो बापू ने उदा खिच ली तैयारी पास की पैंथरू ओ पैंथरू कि मेरा पुत ਉਹ ਪਾਰਕ ਦੇ ਨਾ ਬੰਨੇ ਬੰਨੇ ਲਵਾ ਦੇਣੀਆਂ ਆਪਣੀਆਂ ਗ੍ਰਿਲਾਂ ਜੀਆਂ ਤੇ ਫਿਰ ਉਹਦੇ ਵਿੱਚ ਛੱਡਦਾ ਕਰਨਾ ਆਪਾਂ ਇਹਨੂੰ ਤੁਸੀਂ ਰੇਤਾ ਦਾ ਪਤਾ ਕਰ ਆਇਓ ਨਾ ਹੈ ਤੁਸੀਂ ਰੇਤਾ ਦਾ ਪਤਾ ਕਰ ਆਇਓ ਨਾ ਚਲ ਹੋ ਫਿਰ ਤੁਸੀਂ ਆ ਜਾ ਛੇਤੀ ਕੀ ਹੈ ਕਿੰਨੀ ਦਾ ਬਹੁਤ ਨਹੀਂ ਅੱਜ ਨਾ ਮਰ ਗਏ ਸਾਰੇ ਓਏ ਪੁੱਲੂ ਆ ਜਾ ਓਏ ਅੱਜ ਨਹੀਂ ਹੋਣਾ ਨਹੀਂ ਦੋ ਦਿਨ ਬਗ ਜਾ ਹਾਂ ਆ ਕੇ ਤੁਹਾਨੂੰ ਮੀਟੀ ਫਿਰਦਾ ਮੈਂ ਅੱਛਾ ਹੈ ਲੇਡਾ ਮਾਰੀਆਂ माड़ा मोटा बाल झड़ दे ना टिकट लवा लिया मेरे चल जे लगा सजी मेरी आ गई सजी मेरी हां सजी है आ गया मैं अंदर की करिए है यार मन जी नहीं लगता है नहीं लगता ना जी लग जाना अज ਅੱਜ ਲੱਗ ਗਿਆ ਆਈਟਮ ਪਾਰਟੀ ਤੇ ਆਪਾਂ ਕਿਹੜੀ ਪਾਰਟੀ ਰਾਜੂ ਕਰਨ ਲੱਗਾ ਵਾ ਉਹ ਤੇਰਾ ਭਲਾ ਜੇ ਫਿਰ ਚੈਂਬਰ ਚੱਲੂ ਮੋਟਰ ਤੇ ਚੈਂਬਰ ਉਹ ਸਲਾਹ ਲੈਂਦਾ ਇੱਕ ਦੰਗ ਦੀ ਉਹਨੂੰ ਕਿਹਾ ਭਰਾ ਉਹਦੇ ਨਾਲ ਕੰਮ ਨਾ ਹੋਵੇ ਮੈਂ ਖੁੱਲਾ ਪ੍ਰੋਗਰਾਮ ਕਰ ਲਾ ਹੁਣ ਨਹੀਂ ਚੈਂਬਰ ਤੇ ਨਾਲ ਉਹ ਚਿਕਨ ਉੱਤੇ ਬਣਾਇਆ ਸੀ ਦੂਜਾ ਲੈਮਨ ਨਾ ਲੈਮਨ ਨਹੀਂ ਜਿਹੜਾ ਉੱਥੇ ਉਹ ਪਹਿਲੇ ਪਾਰਟੀ ਕੀਤੀ ਸੀ ਮੋਟਰ ਤੇ ਆਪਾਂ ਜਦੋਂ ਨਹੀਂ ਸਭ ਵੀ ਤਰੀਕੇ ਦੇ ਨਾਲ ਜਿਹੜਾ ਬਣਾਇਆ ਸੀ ਚਿੱਲੀ ਕਰ ਲਈ ਬੜਾ ਸਵਾਦ ਬਣਿਆ ਆ ਚਲੀਏ ਹੋਰ ਸੁਣਾਉਂਦੇ ਮੈਂ ਬਿੰਨੇ ਕਿ ਨਹੀਂ ਬਣਾ ਦੇ ਉਹ ਬੱਲੇ ਕੀ ਹਾਲ ਜੇ ਇਹ ਕਿਧਰ ਗਰ ਲਾਈ ਜਾਂਦੇ ਜੇ ਹਾਂਜੀ ਆ ਇੱਥੇ ਡੈਂ ਘੋੜੀ ਜੀ ਬਣਾਉਂਦੇ ਮਿਸਤਰੀ ਵੇਲਾ ਫਿਰ ਹਾਂਜੀ ਇਹ ਕਿਹੜੇ ਗੱਲਾਂ ਕਰਦੇ ਜੀ ਕੀ ਕਹਿੰਦੇ ਕਹਿੰਦੇ ਇੱਥੇ ਘੋੜੀ ਜੀ ਬਣਾਉਂਦੇ ਅੱਛਾ ਆ ਘੋੜੀ ਜੀ ਆ ਹਾਂਜੀ ਇਹ ਘੋੜੀ ਕਹਿੰਦੇ ਨਾ ਲੋਕੀ ਬੜੇ ਉਧਰੇ ਪੁੱਠਾ ਸੋਚ ਲੈਂਦੇ ਆ ਹੈਂ ਮੈਂ ਘੋੜੀ ਵਿਖਾਦੀ ਆ ਬਣਾਉਂਦੇ ਜੀ ਲੈ ਵੀ ਉਹ ਤਾਂ ਡੜਿਆ ਵਿਆਹ ਭਰਾ ਇੱਕ ਹੋਰ ਸਤਾਜ ਜੀ ਠੀਕ ਠਾਕ ਜੀ ਅੱਛਾ ਤੁਸੀਂ ਵੀ ਡੱਡੇ ਪੈ ਜੇ ਇੱਧਰ ਲੈ ਵੀ ਦੇੜ ਤੇ ਕੰਦਾ ਵੀ ਵਿੱਚ ਕੀ
जिम लाइए टाइम सर शामी पार्टी दे नवाई टे ए ना वे जिम तो शाम टाइम कड के बह जाइए तो पार्टी कैंसल करनी मैं पार्टी कैंसल करना जिम मैं ना जिम नहीं छा दो घंटे लेट ला लूंगा मैं उसताद जी आ जाओ मेरी जान महीने आज बापू निकल गया सवेरे सवेरे जी वो बिना जी नहीं लगता बंदा एक भी घट जाए ना जी नहीं लगता बना भी भरा है टारी तो वीर ने एक चीज खाई मैंने पुरानी याद मेरी वीर ने पहला भी कि मिलया भरा अपने उदो मैं ड्यूटी करता एक कदों की फोटो 2017 की 27 अप्रैल 2017 मुंशी बड़े तगड़े केंद्र नजारे लिया कर बला यार जजे जजे जजी है मेरी जान आके बैठी पहला अज है खराबी नहीं करनी राज कोई सरपंच मेरे घर मानते इधर ना कोई मुंह कर ले ना ना मेरा इधर नहीं होर बना के ले गुरी ने खाने दे और खत्म हो गए इधर सी आ सारा टूल दी गल टूल दे लम्मा आया तेरा सिरों वाले दे जिहड़ा भन के निकलिया दोरा भन्निया तो मैनूं लम्मा आया तेरा हां ਰੇਗ ਟੂਲ ਤੇ ਸਕੈਨਰ ਹੁੰਦਾ ਨਾ ਹਾਂ ਉੱਥੇ ਟੂਲ ਤੇ ਨਹੀਂ ਸਕੈਨਰ ਕਾੜੇ ਕੋ ਕੈਸ਼ ਨਹੀਂ ਹੈਗਾ ਮੈਂ ਕਿਹਾ ਸਕੈਨਰ ਕਰਾ ਲਓ ਤਾਂ ਗੂਗਲ ਪੇ 300 ਤੁਹਾਨੂੰ ਜਿਹੜਾ ਦਾ ਟੂਲ ਬੰਦਾ ਕਰ ਦਿੰਨੇ ਆ ਉਹਨਾਂ ਦੀ ਗਲਤੀ ਹੈ ਜੇ ਕੋ ਬੰਦਾ ਆੜੀ ਬਾਜੀ ਨਾ ਕਰੇ ਫਿਰ ਕੀ ਕਹਿੰਦੇ ਸੀ ਐ ਨੰਗ ਪਿੱਛੇ ਜਾਓ ਪਿੱਛੇ ਹੁਣ ਕਿਹੜਾ ਜਾਵੇ ਜਾਣਾ ਤਾਂ ਬਹੀਂ ਕਾੜੀ ਆ ਉਦਾਂ ਥੋੜੀ ਹੁੰਦਾ ਨਹੀਂ ਕਰਾ ਬੰਦੇ ਲੈ ਕੇ ਰਾਜੀਨਾਮਾ ਕਰਾਵਾਂਗੇ ਉਹ ਨਹੀਂ ਮੈਨੂੰ ਦੱਸ ਦਿਆ ਕਰਨਾ ਤੂੰ ਆ ਕੰਮ ਕੀਤਾ ਸਾਲਾ ਮੈਨੂੰ ਲਾਮੇ ਦੇਣ ਦੇ ਸੀ ਆਪਾਂ ਕਿਤੇ ਵੀ ਜਾਂਦੇ ਹਰੇਕ ਟੂਲ ਤੇ ਸਕੈਨਰ ਹੁੰਦਾ ਰੱਖਿਆ ਹੁੰਦਾ ਨਾ ਹਾਂ ਸਕੈਨਰ ਨਹੀਂ ਇਹ ਤੇ ਚੱਲ ਆਪਣੀ ਥੋੜੀ ਗਲਤੀ ਆ ਪਰ ਮੰਨਦੇ ਆ ਪਰ ਸਾਰਾ ਤੋੜੀ ਜਾਣੇ ਦਾ ਬੈਰੀਕੇਡ ਜਾਂ ਦੋਰ ਹਾਂ ਮਾੜੀ ਗੱਡੀ ਨਾਲ ਰਾਈ ਤੋਂ ਥੱਲੇ ਟੇਕ ਗੱਡੀ ਕਿਹੜੀ ਥਾਰ ਅਜੇ ਨਾਲ ਟੱਚ ਹੀ ਉਹ ਚੱਲ ਥੱਲੇ ਨਹੀਂ ਨਹੀਂ ਚੱਲ ਇਹ ਚ ਤੇਰੀ ਗਲਤੀ ਨਹੀਂ ਆ ਚੱਲ ਇਹ ਆ ਕਿ ਦੂਜਾ ਵਿੰਗਾ ਹੋ ਗਿਆ ਕਿ ਲੱਤ ਕੇ ਥੱਲੇ ਡੇਗ ਗਿਆ ਦੋਰਾ ਤੋੜਿਆ ਤੂੰ ਇੱਕ ਰ ਜਾਂਦੀ ਰਾ ਇੱਕ ਰਾਉਂਦੀ ਰਾ ਮੈਂ ਸਾਰਾ ਸੋਹਾ ਖਾਈ ਜਾਊਂਗਾ ਮੈਂ ਨਹੀਂ ਮਾਂ ਵੀਰ ਤਾਂ ਨਹੀਂ ਕਰ ਸਕਦਾ ਮੇਰਾ ਉਧਰ ਗਿਆ ਹੀ ਨਹੀਂ ਮੈਨੂੰ ਇਹ ਮੈਂ ਇੱਧਰ ਸਾਲਾ ਕੀ ਲੰਚ ਲੱਗਿਆ ਵਾ ਮੈਂ ਉਹ ਆਂਦੇ ਗੱਡੀ ਕੱਲੀ ਕੋਈ ਆਉਂਦੀ ਬੰਦਾ ਨਹੀਂ ਦੇਖਦਾ ਕੋਈ ਨਹੀਂ ਸ਼ੀਸ਼ੇ ਕਾਲੇ ਬੰਦੇ ਦੇਖਣੇ ਕਿੱਥੋਂ ਸਾਲੇ ਹੈ ਹਰੀ ਕੋਟੀ ਪਾਈ ਹੋਊਗੀ ਉਹ ਪਈਆਂ ਇਹ ਪਲੇਟਾਂ ਪਲੂਟਾਂ ਆਈਆਂ ਪਰ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਹੁਣ ਅਰਬਣਾ ਤੂੰ ਇਹ ਗੱਲ ਤੂੰ ਦੱਸਣੀ ਕਿ ਸਹੀ ਗੱਲ ਤੇ ਆ ਆਪਾਂ ਨੂੰ ਨਾ ਦਾੜੀ ਕੋਈ ਨਹੀਂ ਦਾੜੀ ਮਾਮਾ ਖਾਦੇ ਔਰਸ ਲੱਗਣਾ ਹੀ ਹੈ ਫਿਰ ਕਿਹੜੀ ਗੱਲ ਹੈ ਇਹ ਤੁਸੀਂ ਦੱਸਣਾ ਜੇ ਕਿ ਇਹ ਚੀਜ਼ ਸਹੀ ਹੈ ਗਲਤ ਹੈ ਸਾਰੇ ਤੁਸੀਂ ਜਿਹੜੇ ਵੇਖਣ ਦੇ ਭਰਾ ਤੇ ਮਾਲ ਤੇ ਬੰਦੇ ਸਗੋਂ ਫਾਇਦਾ ਹੋਵੇ ਗੱਲ ਇਦਾਂ ਕਿ ਆਪਾਂ ਇੱਥੋਂ ਅੰਮ੍ਰਿਤਸਰੋਂ ਚੰਡੀਗੜ੍ਹ ਜਾਣਾ ਹੋਵੇ ਤਾਂ 1000 ਤੋਂ 1500 ਦੇ ਟੂਲ ਲੱਗ ਜਾਂਦੇ ਆ ਲੱਗਦੇ ਕਿ ਨਹੀਂ ਲੱਗਦੇ ਜਦੋਂ ਆਪਾਂ ਏਜੰਸੀ ਗੱਡੀ ਲੈਣ ਜਾਂਦੇ ਆ ਆਪਾਂ ਰੋਡ ਟੈਕਸ ਦਿੰਦੇ ਕਿੰਨੇ ਤੇ ਟੂਲ ਕਾਹਦੇ ਦਿੰਦੇ 1.5 ਲੱਖ ਰੁਪਏ ਟੈਕਸ ਦਿੰਦੇ ਆਪਾਂ ਦਿੰਦੇ ਨਾ 20 ਲੱਖ ਦੀ ਗੱਡੀ 20 ਲੱਖ ਦੀ ਗੱਡੀ ਮਗਰ 1.5 ਲੱਖ ਰੁਪਿਆ ਆਪਾਂ ਏਜੰਸੀ ਦੇ ਕੇ ਆਉਂਦੇ ਆ ਫਿਰ ਆ ਕੇ ਟੂਲ ਪਾ ਜਾਂਦੇ ਫਿਰ ਟੈਕਸ ਦਿੰਦੇ ਆ ਉੱਥੇ ਵੀ ਰੋਡ ਟੈਕਸ ਏਜੰਸੀ ਜੇ ਲੈਂਦੇ ਆਪਣੇ ਕੋ ਇੱਥੇ ਆ ਕੇ ਫਿਰ ਰੋਡ ਟੈਕਸ ਆਪਾਂ ਨੂੰ ਤਾਂ ਛਿੱਲਦੇ ਚੰਗੀ ਤਰ੍ਹਾਂ ਇੱਥੇ ਰੋਡ ਤੇ ਚੜਦੇ ਸਾਰ ਟੈਕਸ ਪਾ ਦਿੰਦੇ ਆ ਆਪਣੇ ਤਾਂ ਕਈ ਹੁੰਦਾ ਮਿੱਤਰੋ ਤੁਸੀਂ ਆਪਾਂ ਗੱਲ ਚਲੋ ਕੋਈ ਬੋਲਦਾ ਨਹੀਂ ਆ ਤੇ ਬੋਲੇ ਦਾ ਕੋਈ ਫਾਇਦਾ ਵੀ ਨਹੀਂ ਕੋਈ ਸੁਣਦਾ ਨਹੀਂ ਆ ਜੇ ਕੋਈ ਸੁਣ ਲਵੇ ਤੈਨੂੰ ਭੈਣ ਜਦ ਜਾਂ ਮਰਵਾ ਦਿੰਦੇ 2000 ਦਾ ਤੇਲ ਲੱਗਣਾ 1000 ਦਾ ਟੈਕਸ ਹੁੰਦਾ ਨਾਲ ਪੱਕੀ ਗੱਲ ਆ ਹੁਣ ਜੇ ਆਪਾਂ ਇਥੋਂ ਚੰਡੀਗੜ੍ਹ ਜਾਂਦੇ ਆ ਮਤਲਬ ਜੇ ਛੋਟੀ ਗੱਡੀ ਖੜਦੇ ਆ ਸਪਾ ਸਵਿਫਟ ਲਾ ਜਾ ਟੂਲ ਸਵਿਫਟ ਦੇ ਵੀ ਉਹਨੇ ਲੱਗ ਜਾਣੇ ਤੇ ਡਰਾਈਵਰ ਦੇ ਬੰਦੇ ਲੱਗ ਜਾਣੇ 1200 ਦਾ ਟੂਲ ਆ ਹਾਂ ਤੇ 2000 ਦਾ ਡੀਜ਼ਲ ਆ ਲਾਲਾ ਸਾਹਿਬ ਕਿੱਥੇ ਜਾਂਦਾ ਕੰਮ ਆਪਾਂ ਨੂੰ ਛਿੱਲ ਕੇ ਰੱਖਦੀਆਂ ਸਰਕਾਰਾਂ ਦੇ ਆਪਾਂ ਬੜੇ ਜਾਂਦੇ ਆ ਪਿੱਛੇ ਉਹ ਡੁੱਟ ਕੇ ਹੈ ਵੇਖ ਜਿਹੜਾ ਵੋਟਾਂ ਗਾ ਵੇਖ ਝੰਡੇ ਕਿਦਾਂ ਲੱਗਦੇ ਮੈਂ ਤਾਂ ਨਹੀਂ ਜਾਣਾ ਜਿਹੜਾ ਮੇਰੇ ਲੋ ਫਿਰ ਮੈਂ ਜਾਊਂਗਾ ਜਿਹੜਾ ਕਰੇ ਆ ਸਮਝ ਲੱਗੇ ਮੈਂ 38 ਸਾਲਾਂ ਦਾ ਹੋ ਗਿਆ ਵਾਂ ਆਪਾਂ ਨਹੀਂ ਕਦੀ ਕਿਸੇ ਦੇ ਪਿੱਛੇ ਗਏ ਐਰ ਕੀ ਪਰ ਇਰਾਦਾ ਬੰਦਾ ਮੇਰਾ ਨਾ ਰਹਿੰਦੀ ਹੈ ਨਹੀਂ ਜੇ ਕੋਈ ਆਪਾਂ ਨੂੰ ਇਨਵਾਈਟ ਕਰੂਗਾ ਫਿਰ ਵੇਖ ਜਾਊਗਾ ਦੋ ਤਿੰਨ ਪਾਰਟੀਆਂ ਵਾਲ ਤਾਂ ਆਪਾਂ ਜਾਣਾ ਨਹੀਂ ਨਵੀਂ ਪਾਰਟੀ ਵੇਖਾਂਗੇ ਕੋਈ ਹੈ ਜਿੱਦਾਂ ਬਾਪੂ ਤਾਂ ਕਹਿੰਦਾ ਖਾਲਸਾ ਰਾਜ ਹਾਂ ਹੈ ਜਿੱਧਰ ਖਾਲਸਾ ਰਾਜ ਦੀਆਂ ਵੋਟਾਂ ਪਈਆਂ ਭੱਜ ਕੇ ਵੋਟ ਆਪਾਂ ਇੱਧਰ ਹੋਣੀਆਂ
ਸਰਪੰਚ ਮੁੱਕਰ ਗਿਆ ਸਾਲਾ ਓਏ ਬੋਲ ਹੁਣ ਬੋਲ ਹੁਣ ਬਾਪੂ ਦੀ ਗੱਲ ਸੱਚੀ ਆ ਓ ਹੈਰੀ ਪੋਟਰ ਕੀ ਹਾਲ ਪਤਾ ਠੀਕ ਠਾਕ ਹੈ जुगाड़ पानी करा दसना नी की लवान चले ट्रैक्टर किन दिन रहना तीन चार दिन रहूगा ट्रैक्टर ते मॉडिफिकेशन भी करा लगे सरपंच होनी चले काम एक करवा चले जो कोई और वधिया लग गया भी करा लांगे हाँ क्रूज लैजो क्रूज लैजो ਗੱਡੀ ਐਕਸ਼ਨ ਐਕਸ਼ਨ ਇੱਥੇ ਇਹੋ ਲੈ ਜਾਓ ਗੱਡੀ ਲੈ ਵੀ ਨਿੱਕੇ ਨਿੱਕੇ ਮੇਨ ਟਿਕਟਾਂ ਦੀਆਂ ਰਹਿ ਗਈਆਂ ਹਨਾ ਉਹ ਵੀ ਓਕੇ ਰਿਪੋਰਟ ਕਰਾਂਗੇ ਲਿਆਉਣਾ ਫਿਰ ਪਾਵਾਂਗੇ ਤਾਂ ਬਲੌਗ ਹਨਾ ਠੀਕ ਹੈ ਕਰ ਸਟਾਰਟ ਰਾਜੇ ਨੂੰ ਨੋ ਚਾਹ ਹੀ ਇੰਨਾ ਵਾ ਤੇ ਭਾਜੀ ਨੇ ਜੈਸ ਕਰਤੀ ਹੈ ਵੇਖ ਚਾਹ ਬਲੇਜਰ ਜੀ ਲਓ ਵੀ ਭਰਾ ਇਹ ਸਕੂਲ ਵਾਲੀ ਗੈਂਗ ਜੀ ਹੈ ਤੁਹਾਡੇ ਨਾਲ ਮੇਰਾ ਪਿਆਰ ਸਕੂਲ ਵਾਲਿਆਂ ਦਾ ਪਤਾ ਕਿਉਂ ਜ਼ਿਆਦਾ ਵਾ ਉਹ ਤੁਸੀਂ ਬਲੌਗ ਬੜੇ ਵਹਿੰਦੇ ਜੀ ਵਹਿੰਦੇ ਕਿ ਨਹੀਂ ਵਹਿੰਦੇ ਤੁਹਾਡੇ 'ਚ ਨੰਨੂ ਹੈਗਾ ਇੱਕ ਅੱਜ ਪੇਪਰ ਆ ਅੱਜ ਪੇਪਰ ਸੱਚੀ ਪੇਪਰ ਆ ਲੈ ਗੁਰੂ ਆ ਫਿਰ ਤੁਸੀਂ ਪਾਸ ਜੀ ਅੱਜ ਤੁਸੀਂ ਮੈਨੂੰ ਮਿਲ ਕੇ ਗਏ ਜੀ ਹੈ ਕੱਲ੍ਹ ਦਾ ਕੈਂਸਲ ਹੋ ਗਿਆ ਅੱਜ ਉਹਨਾਂ ਸ਼ਾਇਦ ਰੱਖਣਾ ਉਹ ਪੇਪਰ ਕੱਲ੍ਹ ਵਾਲਾ ਠੀਕ ਆ ਲਓ ਉਸਤਾਦ ਜੀ ਹੋਰ ਸ਼ਾਹ ਜੀ ਠੀਕ ਠਾਕ ਜੀ ਇਹ ਤੁਹਾਡੇ ਲੱਗੇ ਤੇ ਭਰਾ ਤੁਸੀਂ ਕਿਹਦੇ ਕਿਹੜੇ ਸਕੂਲ ਹੈ ਜੀ ਮਾਨਾ ਲਵ ਯੂ ਆ ਮਿੱਤਰੋ ਜਿਹਦੇ ਵਸਦੇ ਰਹੋ ਭਰਾ ਤੁਹਾਡੀਆਂ ਦੁਆਵਾਂ ਕਰਕੇ ਜੇ ਮੈਂ ਸਾਡੇ ਮੂੰਹ ਤੇ ਕਹਿੰਦਾ ਜੀ ਹੈ ਸਾਰੇ ਭਰਾਵਾਂ ਦੀ ਉਹ ਵੀ ਮਿੱਤਰਾ ਮੋਟਰ ਚੈੱਕ ਕਰਕੇ ਆਈਏ ਉਹਦੇ ਤੋਂ ਉਦਾਂ ਨਾਲ ਲਿਖਦਾ ਵਾਦੀ ਕਿ ਨਹੀਂ ਡੈ ਤੋਂ ਚੈੱਕ ਕਰਕੇ ਜਿੱਥੇ ਪਾਰਟੀ ਕਰਨੀ ਸ਼ਾਮਾਂ ਨੂੰ ਸ਼ਾਮਾਂ ਨੂੰ ਤੇ ਫੰਕਸ਼ਨ ਹੋਣਾ ਫੰਕਸ਼ਨ ਹੋਣਾ ਕੀ ਕਰੀਏ ਯਾਰ ਕਰਮਾਂ 'ਚ ਲਿਖਿਆ ਨਜ਼ਾਰੇ ਜੱਟ ਦੇ ਧੱਕੇ ਹੀ ਬੜੇ ਆਪਾਂ ਖਾਧੇ ਆ ਹਜੇ ਵੀ ਖਾਈ ਜਾਂਦੇ ਪਰ ਕੋਈ ਧੱਕੇ ਧੱਕੇ ਲੱਗਦੇ ਨਹੀਂ ਨਾ ਸਾਨੂੰ ਹੁਣ ਸਹੀ ਗੱਲ ਅਸੀਂ ਖੁਸ਼ੀ ਵਾਲੇ ਪਾਲੇ ਵਿਖਾਉਂਦੇ ਨੇ ਧੱਕੇ ਦੇ ਦਿਖਾਉਂਦੇ ਨਹੀਂ ਦਿਖਾਉਂਦੇ ਨਹੀਂ ਆ ਮੈਂ ਕਿਹਾ ਤੈਨੂੰ ਕੋਈ ਨੂੰ ਕਹਿਣ ਦੇ ਮੈਂ ਜਦੋਂ ਕਦੇ ਉਦੋਂ ਭਗੌੜੇ ਆਏ ਜਦੋਂ ਕਦੇ ਉਦੋਂ ਬਗਲ ਬਲੌਗ ਬਣਾਉਂਦੇ ਤੇ ਫਿਰ ਬੜਾ ਕੰਮ ਦਿਨ ਪੰਜ ਕਿ ਨੰਗੇ ਮੁੜ ਜਾਂਦੇ ਨਹੀਂ ਰਹਿਣੇ ਸਹੀ ਗੱਲ ਲੈ ਵੀ ਰਮਣਾ ਘਰ ਦੇ ਲਾਗੇ ਤੇਰਾ ਫਿਰਦਾ ਹੀ ਜੇ ਨਿੱਕੇ ਹੁੰਦੇ ਸੀ ਨਾ ਕਿਤੇ ਖੇਡ ਚੱਲ ਜਾਣਾ ਬਾਹਰ ਤੇ ਜੇ ਘਰ ਦੇ ਲਾਗੇ ਵੀ ਆ ਜਾਣਾ ਤੇ ਬਸ ਡਰ ਜਾਣਾ ਘਰ ਦੇ ਕਦੇ ਆਵਾਜ਼ ਨਾ ਮਾਰ ਲੈ ਪੁੱਤ ਆ ਜਾ ਬੜਾ ਖੇਡ ਲਿਆ ਹੁਣ ਨਹੀਂ ਮਾਰਦੇ ਕਹਿੰਦੇ ਚੌਲਾਂ ਤੋਂ ਕੀ ਕਹਿੰਦੇ ਆ ਚੌਲਾਂ ਤੁਰੀਆਂ ਫਿਰਦੀਆਂ ਇੱਥੇ ਵੀ ਗੜਾ ਕੋਲ ਸਾਹ ਸਭ ਕਰ ਰਹਿੰਦਾ ਜੀ ਜਾਂਦੇ ਤੇ ਲਾ ਵੀ ਮਤਰੋ ਪਾਤੀ ਮੋਟਰ ਮੋਟਰ ਲਸ਼ਕਾਤੀ ਅੱਜ ਤੇ ਪੂਰੀਆਂ ਰੌਣਕਾਂ ਲੱਗਣੀਆਂ ਅੱਜ ਮੋਟਰ ਤੇ ਮੈਂ ਨਾ ਕੱਲ ਨੂੰ ਗੱਲਾਂ ਹੋਣੀਆਂ ਅੱਜ ਗੰਡਾ ਚੜਕਾ ਲੱਗਦਾ ਕਿ ਸਫਾਈ ਸੁਈ ਕਰਾ ਕੇ ਭੀੜੀ ਬਣ ਗਈ ਅਰਮਨ ਆ ਪਿਆ ਨਾ ਹੈਨਾ ਬਾਕੀ ਤੇ ਕੰਮ ਗੱਡੀਆਂ ਉਹਦਾ ਲੈਣ ਸਿਰ ਲੱਗ ਹੀ ਜਾਂਦੀਆਂ ਪਰ ਜੇ ਕਿਸੇ ਨੇ ਕੱਢਣੀ ਕੁੱਢਣੀ ਹੋਵੇ ਨਾ ਵਿੱਚੋਂ ਫਿਰ ਸਾਰੀਆਂ ਪਾਸੇ ਕਰਨੀਆਂ ਪੈਂਦੀਆਂ ਮਤਲਬ ਜਿਹਨੇ ਗਾੜੀ ਲਈ ਆ ਬੱਤੀ ਵੀ ਆਉਣ ਡੀ ਕਿਤੇ ਬੱਤੀ ਸ਼ਾਮਾਂ ਤੱਕ ਆਉਂਦੀ ਰਹੇ ਤੇ ਨਹਾਵਾਂਗੇ ਨਾਲੇ ਨਾਲੇ ਨਜ਼ਾਰੇ ਵੱਜਣਗੇ ਹੈ ਛੋਟਾ ਹੈ ਉਹ ਵਧੀਆ ਉਧਰ ਸਾਡੀ ਬੱਤੀ ਬੰਦ ਹੁੰਦੀ ਭਾਜਾ ਵੇਖੀ ਰਹੇ ਦਾ ਆਹ ਵਧੀਆ ਕੀਤਾ ਕੰਮ ਲੈ ਵੀ ਉਧਰ ਵੀ ਨਾ ਅਸੀਂ ਬੜਾ ਤੰਗ ਹੋਏ ਰਾਤ ਬੱਤੀ ਹੋ ਜਾਇਆ ਕਰੇ ਬੰਦ ਕੁੜੀ ਵਾ ਇੱਥੇ ਬਾਹਰ ਜਦ ਤੱਕ ਕੁੜੀ 76 ਜੁੰਗਲਾਂ ਮਰੀ ਜਾਂਦੀ ਪਤਾ ਨਹੀਂ ਲੱਗਦਾ ਸੰਖਿਆ ਨਹੀਂ ਲੱਭਦੀਆਂ ਅਸੀਂ ਤੇ ਲੈ ਵੀ ਮਹੀਨੇ ਕੁ ਤੱਕ ਬੜਾ ਨਜ਼ਾਰਾ ਆਇਆ ਕਰਨਾ ਨਹਾਉਂਦਾ ਨਾ ਸਹੀ ਗੱਲ ਹੈ ਟਿਊਬ ਕਿੱਡਾ ਰੱਖੀ ਨਹਿਰ ਚ ਰਹਿਣਾ ਹੁੰਦਾ ਉਹ ਸਾਲੇ ਟਿਊਬ ਵੇਖ ਚੇਤਾ ਗਿਆ ਇੰਡੀਆ ਨਹਿਰ 'ਚ ਟਿਊਬ ਖੜ ਦਿੰਦੇ ਵੱਡੀ ਪੂਰਾ 50 ਰੁਪਏ ਟਿਊਬ ਕਿਰਾਏ ਤੇ ਲੈ ਖੜਨੀ ਨਹਿਰ ਦੇ ਵਿੱਚ ਦੇ ਗੋਤਾ ਠਾ ਗੋਤਾ ਚੱਲਦਾ ਹੁੰਦਾ ਕੰਮ ਚਾਚਾ ਸੋਢੀ ਵੀ ਆ ਗਿਆ ਜੀ ਸੱਜੀਆਂ ਦਾ ਆਪਣੇ ਆਪਣਾ ਜੀ ਨਹੀਂ ਲੱਗਦਾ ਤੇ ਹੈ ਇਹਦੀ ਚਿੱਟੀ ਲੈਂਸਰ ਵੜਦੀ ਜਾਵੇ ਫਾਈ ਜੀ ਵਿਜੇ ਬੈਠਾ ਡਿਬੇਟ ਕਰਨ ਡਿਆ ਜੀ ਉਹ ਇੰਦਰ ਸਰਪੰਚ ਨੇ ਹੋਰ ਖਰਚਾ ਪਾਉਣਾ ਲੱਗਦਾ ਤੇਲ ਪਾਉਣ ਨੂੰ ਹੈ ਗਿਆ ਨਹੀਂ ਆ ਆ ਬੱਲਾ ਬੱਲਾ ਚਾਚਾ ਸੋਢੀ ਹੈ ਗੈਂ ਡਿਊਟੀ ਅੱਜ ਹੁਣ ਤੂੰ ਮੈਨੂੰ ਪੁੱਛ ਤੂੰ ਜਾਣੀ ਸਾਹਮਣੇ ਤੇ ਸ਼ਰਮ ਹੀ ਆਉਂਦੀ ਆ ਹੁਣ ਕਿ ਤੂੰ ਜਾਣੀ ਗਿਆ ਹੈ ਮੈਨੂੰ ਸਾਰੇ ਕੋਈ ਡਿਊਟੀ ਕਿਉਂ ਨਹੀਂ ਜਾਂਦਾ ਢਿੱਲੋ ਸੈਟਿੰਗਾਂ ਸੈਟਿੰਗਾਂ ਹਾਂ ਤੂੰ ਸਾਲਿਆਂ ਦੇ ਪਿੱਛੇ ਪਿੱਛੇ ਤੁਰੇ ਮੈਨੂੰ ਵੀ ਪਤਾ ਕਿਹੜੀ ਗੱਲ ਤੁਰੇ ਫਿਰਦਾ ਤੇਲ ਉਦਣ ਤੇ ਪਾ ਡੈਂਗੀ ਫੁੱਲ ਕਰਾਈ ਹੈ ਜੇ ਇਹਦੀ ਕਿਹੜੇ ਕਿਹੜੇ ਲਾਈਮ ਹੁੰਦੇ ਆ ਸਾਲੇ ਪਿੰਡ ਪੁੰਡੀ ਤੇਲ ਮਕਾ ਦਿੰਦੇ ਤੁਸੀਂ ਪਿੰਡ ਹੀ ਕਿਹੜੀਆਂ ਮਾਂ ਮੈਂ ਕਿ ਜੀ ਤੂੰ ਨਾਲ ਦੋਵੇਂ ਜਾਣੇ ਹੈ ਕਿਹਦੀ ਜਨਾਲੇ ਤੋਂ ਖੇਡਦਾ
ਬੁੱਤ ਬਾ ਬਸ ਬਸ ਛੋਡੀ ਆ ਬਸ 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 ਰੇਖੀ ਨਾ ਭਰਾ ਅੱਜ ਪੈਸੇ ਥੋੜੇ ਕੋਲ ਲੈ ਜੀ ਸਮਝਾ ਇਹਨੂੰ ਕੁਝ ਦੱਸਦਾ ਨੀ ਜਦੋਂ ਤੂੰ ਅੱਜ ਦਿਨ ਬਣ ਕੇ ਆ ਜਾਊ ਟੈਂਕੀ ਫੁੱਲ ਕਰਾ ਲਈ ਲੈ ठीक है ਸਕੂਲੋਂ ਇਹ ਲੱਗਦਾ ਮੈਨੂੰ ਬੰਕ ਮਾਰ ਕੇ ਓਏ ਪਿੱਛੇ ਸਟਾਲ ਵੇ ਕਿਤੇ ਪੋਜ ਮਾਰਨਾ ਐ ਓਏ ਗੁਰੀ ਵੀਰੇ ਮਿੱਠੇ ਡੱਬਾ ਫੇਰ ਆ ਗਿਆ ਇੱਕ ਚਾਹ ਚੂ ਬਣਾਓ ਕੈਮ ਹੋ ਡੱਬਾ ਬੜਾ ਸੋਹਣਾ ਗੁਰੂ ਆ ਤੂੰ ਇਹਦਾ ਸੰਗਣਾ ਜਿਹਾ ਤੇਰੇ ਵਿਆਹ ਹੁੰਦਾ ਆ ਹੈ ਛੜੇ ਮਲੰਗ ਹੈ ਇਹਦੇ ਸਾਰੇ ਮੇਰੇ ਅਰਗੇ ਓਏ ਹੋਏ 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 ਤੁਹਾਨੂੰ ਗੱਲਾਂ ਹੀ ਹੋਵੇ ਕਿਹੜਾ ਪੀਸ ਖਾਣਾ ਅਰਮਾ ਜਿੰਮ ਜਾਣ ਤੋਂ ਪਹਿਲਾਂ ਅਸੀਂ ਮਿੱਠਾ ਖਾ ਕੇ ਜਾਂਦੇ ਅੱਜ ਦੱਸ ਕਿਹੜਾ ਖਾਣਾ ਜੀ ਠੀਕ ਹੈ ਜੀ ਹੁਣ ਆਈ ਲਾਈਕ ਬਰਫੀ ਆਹ ਕੀ ਹੁੰਦਾ ਵਾ ਮਿਲਕ ਇੱਕ ਅੱਧਾ ਕੁ ਪੀਸ ਖਾਵਾਂ ਜਿੰਮ 'ਚ ਬਾਅਦ ਜਾਂਦੇ ਗਲਾਸ਼ੇ ਦਾ ਫਿਰ ਉੱਥੇ ਇਹ 'ਚ ਤੇਰਾ ਵੀ ਹਿੱਸਾ ਪੈ ਗਿਆ ਡੱਬੇ 'ਚ ਲਓ ਵੀ ਮਿੱਤਰੋ ਆਪਾਂ ਲਾ ਕੇ ਆਈਏ ਜਿੰਮ ਟਾਈਮ ਸਿਰ ਇੱਕ
ਬੀਬੀਆਂ ਤੁੱਕਾ ਲਿਖਾ ਦਿੰਦੇ ਆ ਜਾਂ ਏਕਮਕਾਰ ਸਾਹਿਬ ਲਿਖਵਾ ਦਿੰਦੇ ਆ ਉਹ ਨਾਂ ਲਿਖਵਾਇਆ ਕਰੋ ਮੇਰੇ ਭਰਾ ਠੀਕ ਹੈ ਨਾ ਇਹ ਕਾਰਡ ਇੱਥੇ ਬਾਅਦ ਰੁਲਦੇ ਰਹਿੰਦੇ ਆ ਅਤੇ ਆਪਣੇ ਉਹਨਾਂ ਸ਼ਬਦਾਂ ਦੀ ਬੇਅਦਬੀ ਹੁੰਦੀ ਹੈ ਮੇਰਾ ਭਰਾ ਇਸ ਚੀਜ਼ ਦਾ ਧਿਆਨ ਰੱਖਿਆ ਕਰਿਓ ਬੇਨਤੀ ਆ ਮੇਰੀ ਠੀਕ ਹੈ ਚੱਲੀਏ ਜਿਮ ਨੂੰ ਬਾਏ ਬਾਏ ਚਾਚਾ ਜੀ ਬਾਏ ਬਾਏ ਚਲੋ ਬਾਈ ਲਾਈਏ ਵਰਕਆਊਟ ਜਾ ਕੇ ਉੱਧਰ ਸਰਪੰਚ ਫੋਨ ਕਰੀ ਜਾਂਦਾ ਤੇਲ ਪਵਾ ਲਿਆ ਪੰਪ ਤੋਂ ਤਾਂ ਮੈਂ ਚੁੱਕਣ ਨਹੀਂ ਡਿਆ ਮੈਸੇਜ ਕਰੀ ਆ ਜਾਓ ਭਾਜੀ ਕਹਿੰਦਾ ਮੈਨੂੰ ਕੈਸ਼ ਹੀ ਦੇ ਦਿੰਦੇ ਨਹੀਂ ਆਉਣਾ ਉਹਦਾ ਆਪਾਂ ਤਿਲ ਪਾਉਂਦੇ ਲਾਇਆ ਜਿੰਨੇ ਮੋਟਰਸਾਈਕਲ ਗੱਡੀਆਂ ਉਹਨੇ ਤਿਲ ਪਾਗਦੇ ਨੇ ਸਾਰਿਆਂ ਨੂੰ ਟੈਂਕੀ ਰਹਿ ਗਈ ਆ ਚੰਡੀਗੜ੍ਹ ਨੂੰ ਜਾਣਾ ਕੱਲ ਪਰਸੋਂ ਫੋਲੀ ਕਰਾ ਲੈਂਦੇ ਬਾਅਦ ਫਿਰ ਇੱਕ ਨਾ ਫੁੱਲ ਕਰਾਉਣੀ ਪੈਂਦੀ ਬੜਾ ਜਲੂਸ ਨਿਕਲਦਾ ਜੀ ਫੋਲੀ ਕਰਦੇ ਸਰ ਹੈਂ ਹੋਰ ਸਰ ਜੀ ਤੇਲ ਪਾਤਾ ਮੁੰਡੇ ਨੂੰ ਹੈਂ ਬਰਾਓ ਕੱਪੜਾ ਦੇ ਕੋ ਨਹੀਂ ਦੇ ਫੋਲੀ ਕਰਦੇ ਡਾਲੀ ਫੋਲੀ ਕਰਦੇ ਮੂੰਹ ਵੇਚਦਾ ਮੂੰਹ ਸਰਪੰਚ ਦਾ ਪਵਾ ਦਿੰਦੇ ਭਰਾਵਾ ਪਵਾ ਦਿੰਦੇ ਟੈਨਸ਼ਨ ਨਾ ਲੈ ਪਵਾ ਦਿੰਦੇ ਆ ਝਾੜੂ ਕਰਾਲਾ ਫੁੱਲ ਕਰਾਲਾ ਵੇ ਨਾਲ ਹੀ ਸਮਾਈ ਲਾ ਜਾਂਦੀ ਮੂੰਹ ਤੇ ਇੱਧਰ ਵੇ ਸਾਫ ਕਰਦੇ ਇਹਦੀ ਉਂਗਲ ਵੀ ਨੀ ਬਣੀ ਉਹਨਾਂ ਕਹਿਣਾ ਸਾਫ ਹੋਊਗਾ ਜਾਨ ਛੱਡਣੀ ਅਸੀਂ ਛੱਡਣੀ ਕਿੱਦਾਂ ਕਿੱਦਾਂ
ਤੇਰੀ ਆੜੀਆ ਸੰਗਾ ਲਾਉਂਦਾ ਹੋਰ ਨਹੀਂ ਮੈਨੂੰ ਪਤਾ ਕਿਹੜਾ ਪੇਟੀਐਮ ਤੁਹਾਡੀ ਭੈਣਾ ਵੀ ਸਰਪੰਚ ਲੈ ਬੈਠਾ ਜੇ ਫਿਰ ਲਾਦਾ ਸਟਾਰ ਸਾਨੂੰ ਸੁੱਖ ਸਰਪੰਚ ਹੋਣਾ ਨੇ ਅਜੇ ਵੇਖੀ ਗਿਆ ਤੂੰ ਕਿੰਨੇ ਸਕੈਨ ਕੋਡ ਆਉਣੇ ਤੇ ਕਾਲਾ ਲੱਗ ਗਿਆ ਆਪਾਂ ਨਹੀਂ ਫੋਨ ਚੁੱਕਣਾ ਨਾ ਮਨਾ ਸਾਰਾ ਫੋਨ ਨਹੀਂ ਹੋ ਗਿਆ ਸਟਾਰ ਜੀ ਇਹਨੂੰ ਕਹਿ ਦੇਣਾ ਪਰ ਫੋਨ ਨਹੀਂ ਚੁੱਕਦਾ ਹਣਾ ਮੇਰੀ ਗੱਲ ਸੁਣੋ ਹਾਂ ਮੈਂ ਜਾ ਵੀ ਚਲਾ ਸਕਦਾ ਇਹਨੂੰ ਤਾਂ ਦੱਸਿਆ ਨਹੀਂ ਤੁਹਾਨੂੰ ਉਹ ਭੈਣ ਦੀ ਕਾਰਡ ਲੈ ਸੜਾ ਕਰੋ ਮੇਰੇ ਘਰ ਆ ਦੇ ਦੇ ਭਰਾਵਾ ਨੂੰ ਲੋੜ ਆ ਹਾਂ ਫੋਨ ਤੋਂ ਪਾਸਵਰਡ ਚੇਂਜ ਕਰ ਦਿੰਦਾ ਮਾਰੀਆ ਮੱਥਾ ਥੇਣਾ ਉਹਨੇ ਕਿਹੜਾ ਬੰਦਾ ਦੋ ਨੰਬਰ ਵਾਲਾ ਜਿਹੜਾ ਕਾਰਡ ਨਹੀਂ ਚੱਲਦਾ ਇਹ ਉਹਨੇ ਬੰਦਾ ਜਿਹੜਾ ਆਪਣੇ ਘਰ ਦੇ ਨਾਲ ਦਾ ਕੋਠਾ ਸੁਣਦਾ ਉਹ ਬੰਦਾ ਜੇ ਕੌਣ ਗੁਰੀ ਉਸਤਾਦ ਮੈਂ ਹਾਂ ਨਿੱਕੇ ਭਰਾਵਾਂ ਦੇ ਸ਼ੌਂਕ ਪੂਰੇ ਕਰਨੇ ਕਿਹੜੇ ਸੌਖੇ ਪਏ ਆ ਕਿੱਦਾਂ ਕਿੱਡਾ ਖੁਸ਼ ਹੀ ਤੇਲ ਟੈਂਕੀ ਫੁੱਲ ਕਰਾ ਕੇ ਡਾਕਟਰ ਦੀ ਹੈ ਜ਼ਿਆਦਾ ਗੋਲੀ ਹੋਊਗੀ ਹੈ ਉਹ ਹੈ ਗੁਗਰਾ ਪੈਰ ਨਹੀਂ ਲੱਗਣ ਦੇ ਡਾਕਟਰ ਦੇ ਉਹਦੇ ਉਹਨਾਂ ਸਾਡਾ ਸਾਰਾ ਦਾ ਖਰਚਾ ਨਹੀਂ ਆ ਜਿੰਨਾ ਆਮ ਸਰਪੰਚ ਇਕੱਲੇ ਦਾ ਕਦੀ ਟਾਈਟਰ ਨੂੰ ਆਹ ਕਰਾ ਲਿਆ ਕਦੀ ਬਸ ਸਕੈਨਰ ਹੀ ਆਉਂਦੇ ਆ ਸਾਰਾ ਕਾਰਡ ਵੀ ਨਾਲ ਲੈ ਗਿਆ ਬੜਾ ਗੰਦਾ ਗੁਰੂ ਆ ਕਾਰਡ ਘਰੋਂ ਕਿਤੇ ਮੈਂ ਰੱਖਿਆ ਹੋਊ ਕਿਤੇ ਸਾਹਮਣੇ ਸਾਰੇ ਇਹ ਸੋਚ ਦੇਣੇ ਆ ਵੀ ਸਰੀਰ ਨਿਕਾ ਜਾਵਾ ਸ਼ਾਇਦ ਥੋੜਾ ਜਿਹਾ ਖਾਂਦਾ ਨਾ ਉਹਦਾ ਖਰਚਾ ਬੜਾ ਠੀਕ ਉਹਦਾ ਖਾਣ ਦਾ ਘੱਟ ਆ ਟਾਈਟਰ ਤੋਂ ਲਈ ਜਾਂਦਾ ਹਣਾ ਚਾਚਾ ਸੋਡੀ ਇੱਧਰ ਆ ਦੇ ਕੈਸ਼ ਥੋੜਾ ਜਿਹਾ ਪੈਸੇ ਮੁੱਕੇ ਪਏ ਕੁੜੀ ਇਹਦੇ ਬੀਮ ਨਹੀਂ ਖੜੇ ਹੋਣ ਦੇ ਅੱਡੇ ਕਦੇ ਕਿੱਥੇ ਆ ਦੇ ਕੈਸ਼ ਕੁਝ ਦੇ ਸਾਨੂੰ ਹੈ ਨਵਾਂ ਸਿਆਪਾ ਖੜਾ ਕਰਦਾ ਰਬੜਾ ਲੈ ਆਉਣੀ ਦੇ ਦੇ ਯਾਰ ਇੱਦਾਂ ਨਾ ਕਰ ਨਹੀਂ ਸਰਨਾ ਜੇ ਸਰਨਾ ਤਾਂ ਮੈਂ ਤੈਨੂੰ ਕਹਿ ਦੇਣਾ ਵਿਆਹ ਵਾ ਯਾਰ ਕੋਈ ਨਹੀਂ ਫਿਰ ਲੈ ਲਈ ਹੁਣ ਦੇ ਦੇ ਰੇ ਭਰਾ ਨੂੰ ਮੋੜ ਦੋ ਮੈਂ ਹੌਲੀ ਜੀ ਉਹਦਾ ਵੇ ਲੈਂਦੇ ਕਿੰਨੇ ਚ ਕਿੰਨੇ ਦੇ ਦੇ ਮੈਨੂੰ ਪਤਾ ਵਾ ਲੈ ਚਲ ਮਾਰ ਗਿਣਤੀ ਆ ਦੁੱਧ ਕਿੰਨੇ ਕਿਣਕੇ ਲੈ ਆਏ ਮੈਂ 1.5 ਲੱਖ ਬਸ ਠੀਕ ਹੈ ਸਰ ਜਾਣਾ ਫੜੋ ਓਏ ਜਿੱਦੀ ਮਾਰ ਲੈ ਬਾਏ ਬਾਏ ਓਕੇ ਲਾਓ ਜੂ ਮਿਲਦੇ ਆ ਨਿਕਲੀ ਜਾਲੇ ਲਾਉਂਦੇ ਨਾ ਮੈਂ ਕਿਹਾ ਆਪੇ ਮਾਰ ਲੈਣੀ ਆਪੇ ਮਾਰ ਲੈਣੀ ਬਾਏ ਬਾਏ ਮਾਰ ਲੈ ਦੁਕਾਨ ਵਾਲੇ ਨੇ ਗੱਡੀਆਂ ਚੋ ਮਹਾ ਕੱਢੇ ਪੈਂਦੇ ਧੂ ਧੂ ਬੰਦੇ ਕੱਢਣੇ ਪੈਂਦੇ ਮੈਨੂੰ ਹੈ ਜਿਮ ਉਹਨੂੰ ਜੀ ਨੀ ਕਰਦਾ ਇੱਥੇ ਆਕੜਾ ਲਈ ਜਾਂਦਾ ਭਰਾਵਾ ਅੰਗੂਠੇ ਲਵਾਈ ਜਾਂਦਾ ਵਾ ਇਹ ਸਾਰਾ ਪੈਸਾ ਦਾ ਲੱਗਦਾ ਆ ਆਪਾਂ ਫ੍ਰੀ ਵਾਲੇ ਆਜਾ ਮੇਰਾ ਭਰਾ ਥੈਂਕ ਯੂ ਬਸ ਝਟਕਾ ਨੀ ਮਾਰਨਾ ਪੋਜੀਸ਼ਨ ਸਲੋ ਰੱਖ ਲਾ ਵੀ ਪੱਟ ਦੇ ਨਾਲ ਆਉਣ ਦੇ ਮੁੰਡੇ ਸ਼ੋਲਡਰ ਕੀ ਗੱਲ ਹੈ ਬਾਬੂ ਕੀ ਹੈ ਗਰੀਬ ਕੀ ਹੈ ਸਾਨੂੰ ਕੀ ਹੈ ਧੜਕਣ ਨੂੰ ਕੀ ਹੋ ਗਿਆ ਪਤਾ ਲੱਗਦਾ ਕਦੀ ਵੱਜ ਨਹੀਂ ਕਦੀ ਕੱਢ ਜਾ ਐਦਾਂ ਨਾ ਕਰ ਜਦ ਛੱਟ ਲਾ ਲੈ ਬੱਜਾ ਛੱਟ ਕੱਢ ਪਹਿਲੇ
ਛਾਤੀ ਚੜਦਾ ਕਿਦਾਂ ਅੱਜ ਹੈਗਾ ਵਰਕਆਊਟ ਲੈਗ ਦਾ ਤੇ ਸ਼ੋਲਡਰ ਦਾ ਤੇ ਬੰਦੇ ਦੀਆਂ ਕਾਹਨੂੰ ਗੱਲਾਂ ਕਰਾਤੀਆਂ ਮੈਂ ਇੱਧਰ ਗੁਰੀ ਵੀਰ ਨਾ ਇੱਥੇ ਲੰਮੇ ਪੈ ਕੇ ਤੇ ਫੋਨ ਚਲਾਉਣ ਡਿਆ ਕਿ ਬਹਿਣ ਦੀ ਵਾਰੀ ਹੈਗੀ ਹੁਣ ਫੋਨ ਵੀ ਐਂ ਨਹੀਂ ਛੁਪੜਾ ਜਾਂਦਾ ਉਹ ਰਾੜ ਨਾਲ ਸਾਰੇ ਲੱਗ ਖੜਾ ਇੱਥੋਂ ਆ ਰਾੜ ਤੇ ਉਹ ਕੀ ਆ ਵਾ ਹੈ ਅੰਦਰ ਆਏ ਜਿਮ ਦੇ ਉਦੋਂ ਕਹਿਣ ਡਿਆ ਵਾਕ ਕਰਨੀ ਵਾਕ ਹੁਣ ਮੈਂ ਨਾ ਸਾਈਕਲ ਚਲਾਉਣ ਡਿਆ ਦਸ ਮਿੰਟ ਸਾਈਕਲ ਚਲਾਇਆ ਕਹਿੰਦੇ 10 ਮਿੰਟ ਵਾਕ ਵੀ ਕਰ ਲਾ ਕਰ ਹੁਣ ਥੋੜੀ ਹੋਈ ਚਿਕਨ ਪਾਰਟੀ ਅੱਜ ਕੋਈ ਚੱਕਰ ਵਾਲੀ ਗੱਲ ਨੀ ਲਾਵੇ ਮਿੱਤਰੋ ਕਮੈਂਟ ਪੜਨ ਲਈ ਵਿਹਲੇ ਬੈਠੇ ਬਾਹਰ ਗੱਡੀ ਚ ਪਹਿਨ ਦੀ ਵਾਹ ਨੀ ਹੈਗੀ ਤੇ ਕਮੈਂਟ ਸਤਾਰ ਭਲਾ ਕੀ ਆਉਣ ਡਿਆ ਕਹਿੰਦੇ ਵੀਰ ਜੀ ਤੁਹਾਡਾ ਸਿਲਵਰ ਪਲੇ ਬਟਨ ਨਹੀਂ ਆਇਆ ਵੀਰ ਜੀ ਸਾਨੂੰ ਗੋਲਡ ਚਾਹੀਦਾ ਤੁਸੀਂ ਲੈ ਕੇ ਦੇਣਾ ਮੈਂ ਪਹਿਲਾਂ ਇੱਕ ਅੱਧੇ ਬਲੌਗ ਚ ਕਿਹਾ ਸੀ ਜਬਾਨ ਨੀ ਰੁਕਦੀ ਮੈਂ ਖੜਦਾ ਤੁਹਾਨੂੰ ਵਗ ਲਿਆ ਗੱਲ ਇਹ ਆ ਸਾਡਾ ਮਨ ਫਿਰ ਅਲਟੋ ਤੇ ਹੀ ਆ ਸਾਡੇ ਲਈ ਅਲਟੋ ਵੀ ਇਹੋ ਜਿਹੀ ਆ ਸਾਡੇ ਲਈ ਰੇਂਜ ਰੋਵਰ ਵੀ ਇਹੋ ਜਿਹੀ ਆ ਸਾਨੂੰ ਜਿਸ ਕੋਈ ਡਿਸਕੇ ਤੇ ਭਾਗ ਲਿਆ ਜੀ ਅਸੀਂ ਉੱਥੇ ਵੀ ਚੱਲ ਜਾਣਾ ਭਰਾਵਾ ਕਹਿੰਦਾ ਜਦੋਂ ਪੋਲੋ ਵੀ ਨੀ ਹੁੰਦੀ ਗਲੰਜਾ ਵੀ ਨੀ ਹੁੰਦੀ ਫਿਰ ਡਰਾਈਵਰ ਥਾਂ ਤੇ ਬੁਲਟ ਕੱਢ ਲੈਂਦਾ ਵਾ ਚਲੋ ਹਰਮਨੰਦਾ ਜਿਹੜੇ ਇਹੋ ਜਿਹੇ ਕਮੈਂਟ ਕਰਦੇ ਨਾ ਤੇਲ ਤੂਲ ਗੱਡੀਆਂ ਗੁੱਡੀਆਂ ਕਹਿੰਦਾ ਆਪਾਂ ਮੈਂ ਕਿੰਨਾ ਸਾਈਕਲ ਚੜ੍ਹ ਕੇ ਆਉਂਦਾ ਇਹ ਗੱਲ ਪੱਕੀ ਆ ਜਿਹੜੇ ਬੰਦੇ ਇਹੋ ਜਿਹਾ ਕਮੈਂਟ ਕਰਦੇ ਪਹਿਲਾਂ ਆਪਣੀ ਪੀੜ੍ਹੀ ਤੇ ਸੂਟਾਂ ਨਹੀਂ ਮਾਰਦੇ ਹੈ ਹੁਣ ਮੰਨ ਲਾ ਅਸੀਂ ਭਰਾਵਾ ਕੋਈ ਕੰਮ ਤੁਹਾਨੂੰ ਕਰਨ ਨੂੰ ਕਹਿੰਦੇ ਆ ਨਾ ਪਹਿਲਾਂ ਅਸੀਂ ਆਪ ਕੀਤਾ ਹੁੰਦਾ ਵਾ ਹੈ ਜਲੰਧਰ ਆ ਜਾਓ ਤੁਸੀਂ ਕਹਿਣ ਲੱਗਾ ਸੀ ਬੋਲ ਫਰਮਾ ਮੈਂ ਕਿਹਾ ਵੀ ਚੱਲ ਉਹ ਵਿਚਾਰੇ ਨਾ ਜਿਹੜੇ ਚੱਲ ਆਪਾਂ ਨੂੰ ਪਿਆਰ ਕਰਦੇ ਆ ਉਹ ਬੜੇ ਵਧੀਆ ਬੰਦੇ ਆ ਕਿ ਜਿਹੜੇ ਆ ਕੇ ਸਿੱਧਾ ਦੱਸ ਦਿੰਦੇ ਨੇ ਕਿ ਯਾਰ ਅਸੀਂ ਤੁਹਾਨੂੰ ਮਿਹਨੇ ਆ ਹਨਾ ਅੱਜ ਕੱਲ ਕੀ ਹੁੰਦਾ ਵੇਖੀ ਸਾਰੇ ਜਾਂਦੇ ਆ ਪਤਾ ਕੀ ਕਰ ਦਿੰਦੇ ਗੰਡਾ ਗੰਡਾ ਕਹਿੰਦੇ ਪਾਰਟੀ ਤੇ ਇੰਗਲੈਂਡ ਦੇਖੇ ਕਰੋ ਗੁਰੀ ਵੀਰ ਕੱਚਾ ਪੱਕਾ ਵੀ ਟਿਕਣਾ ਨੀ ਚਾਹੀਦਾ ਪਿੰਡ ਵਾਲੀ ਨਹਿਰ ਸ਼ੂਗਰ ਚ ਵੀ ਪਾਣੀ ਆਇਆ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਪਰ ਉਹ ਗੱਲ ਨਹਿਰ ਚ ਰਹਿਣਗੇ ਪਾਣੀ ਬਹੁਤ ਘੱਟ ਆਉਂਦਾ ਵਾ ਛਾਲ ਮਾਰਨ ਕੁੜੀਆਂ ਥੱਲੇ ਗੋਡੇ ਖੁੱਬ ਜਾਂਦੇ ਸਹੀ ਗੱਲ ਮੇਰੀ ਗੱਲ ਸੁਣ ਅੱਜ ਐਤਵਾਰ ਥੋੜੀ ਇੰਨਾ ਵੀਰ ਆ ਗਏ ਮਿਲਣ ਵਾਲੇ ਹੈ ਵੀਰ ਜੀ ਐਤਵਾਰ ਆਖਿਆ ਸੀ ਐਤਵਾਰ ਲੋ ਵੀ ਸ਼ਨੀਵਾਰ ਅੱਜ
ਲਓ ਜੀ ਸਾਰੇ ਭਰਾਵਾਂ ਨੂੰ ਭਰਾ ਜਿੰਦੇ ਵਸਦੇ ਰਹੋ ਕਰ ਦੋ ਇੱਕ ਵਾਰੀ ਫਿਰ ਕਾਨੂੰ ਗੱਲਾਂ ਹੋਈਆਂ ਐ ਤੁਸੀਂ ਕਰਤਾ ਆਪਾਂ ਕਰਤਾ ਇੱਕ ਗੱਲ ਹੀ ਆ ਤੁਹਾਨੂੰ ਸਾਰਨ ਆਤਮਵਾਦੀ ਨਹੀਂ ਭਾਈ ਐ ਇੱਕ ਵੀਰ ਦਾ ਇੱਕ ਦਿਨ ਕਮੈਂਟ ਆਇਆ ਕਹਿੰਦਾ ਮੈਂ ਸਕੂਲੇ ਮੈਡਮ ਨੂੰ ਦੇਖ ਕੇ ਕਹਿ ਬੈਠਾ ਮੈਡਮ ਜੀ ਕਾਨੂੰ ਗੱਲਾਂ ਹੀ ਆਵੇ ਕਹਿੰਦਾ ਮੈਨੂੰ ਛਤਰ ਉੜਾ ਫਿਰਿਆ ਬਾਅਦ ਚੋਂ ਨੰਦ ਲੋ ਜ਼ਿੰਦਗੀ ਦਾ ਸਵਾਦ ਲੋ ਆਪਣੇ ਚ ਗਲਤੀ ਥੋੜਾ ਕੋਈ ਆਪਾਂ ਤੇ ਇੰਜੋਏ ਕਰਦੇ ਹੁਣ ਮੰਨ ਲਓ ਕੋਈ ਤੁਸੀਂ ਚੀਜ਼ ਨਵੀਂ ਲੈ ਆਉਂਦੇ ਜੇ ਉਹਦੇ ਵਿੱਚ ਜੇ ਕੋਈ ਜਲਸੀ ਕਰਦਾ ਤੁਹਾਡਾ ਥੋੜੀ ਕਸੂਰ ਆ ਇਹ ਸਾਰਿਆਂ ਨਾਲ ਏਦਾਂ ਹੀ ਆ ਜੇ ਤੁਸੀਂ ਮੰਨ ਲਓ ਅੱਜ ਨਵੀਂ ਗੱਡੀ ਲੈਣ ਦੀ ਆ ਨਾ ਤੇ ਲਾਗੇ ਵਾਲਿਆਂ ਦੀ ਉਹੀ ਮੱਚ ਜਾਣੀ ਹੈ ਆਪਾਂ ਭਾਵੇਂ ਕਿਸ਼ਤਾਂ ਲਿਆਂਦੀ ਹੋਵੇ ਪੂਰਾ ਧਿਆਨ ਰੱਖਿਆ ਜਾ ਰਿਹਾ ਮੇਰੇ ਵੀਰੇ ਡੋਲਾ ਕਰ ਦੇਣਾ ਫਿਰ 19-20 ਇੰਚ ਦਾ ਫਿਲਹਾਲ ਤੇ 18.5 ਹੈਗਾ ਹੀ ਆ ਇੱਧਰ ਮਿਸਤਰੀ ਦੇਹੜਾ ਬਦੇੜੇ ਦਾ ਕੰਮ ਫਿਰ ਕਰਤਾ ਸ਼ੁਰੂ ਹੈ ਕਿਤੇ ਨਹੀਂ ਹਟਦੇ ਕੀ ਕਰਨਾ ਮਾਂ ਵੀਰ ਚਾਹ ਵੀ ਨਹੀਂ ਚਾਹ ਹੈ ਪਾਣੀ ਤੇ ਪੀ ਲਈਏ ਪਹਿਲਾਂ ਪਾਣੀ ਪੀ ਲੈਂਦੇ ਚਲੀਏ ਮੈਂ ਨਾ ਕੰਮ ਕਰਾਈਏ ਆਪਾਂ ਹੈ ਪਾਣੀ ਦਰਾਜ ਨੇ ਆਪਣੀ ਪੀਤਾ ਮਰਸਾ ਨਾ ਜੀ ਤੇ ਚਲੀਏ ਆਪਾਂ ਕੰਮ ਕਰਾਈਏ ਪਹਿਲਾਂ ਆ ਕੇ ਚਾਹ ਚੂ ਪੀਣੇ ਅਰੇ ਮੈਂ ਮਾਂ ਵੀਰ ਲੱਭਣ ਮੈਂ ਚਾਹ ਡੀਕਣ ਦੇ ਉਹ ਮੁੱਕ ਗਿਆ ਅੱਜ ਅੱਛਾ ਹਾਂ ਸ਼ਾਮ ਨੂੰ ਇੱਕ ਪਾਰਟੀ ਤੇ ਇਨਵਾਈਟ ਹੈਗੇ ਮੈਂ ਆਪਾਂ ਹਾਂ ਆ ਮਾਈਕ ਨਹੀਂ ਕਰੇ ਗਾਣੇ ਗਾਣੇ ਮਾਈਕ ਨਹੀਂ ਕਰੇ ਜੈ ਜੈਕਾਰ ਜੈ ਜੈਕਾਰ ਸਾਰੇ ਸਾਡੇ ਭਰਾਵਾਂ ਜੈ ਜੈਕਾਰ ਹੋਏ ਹੈ ਮਿੱਤਰੋ ਚੈਂਬਰ ਪਾਰਟੀ ਕਰੀਏ ਜਾ ਕੇ ਹੈਂ ਹਰਮਨ ਫੋਨ ਲਾ ਲਾ ਕਮਲਾ ਹਜੇ ਲੱਗਾ ਵੇ ਅੱਛਾ ਪੱਟੀ ਚਲਾ ਗੱਡੀ ਫਿਰ ਚੱਲੀਏ ਇੱਥੇ ਰਹਿੰਦੇ ਨਾ ਪਰ ਜਾਣਾ ਤੁਸੀਂ ਉਧਰ ਨੂੰ ਉੱਥੋਂ ਫਿਰ ਪਰਾਂ ਨਿਕਲ ਜਾਓ ਫਿਰ ਅਸੀਂ ਗੱਡੀ ਲੈ ਜਾਂਦੇ ਆਜੋ ਫਿਰ ਪਹਿਲਾਂ ਮੋਟਾ ਖਰਾਬੀਆਂ ਕਰਦਾ ਤੂੰ ਪੈਰ ਮਿਦਣਾ ਮੇਰਾ ਬਸ ਆਈ ਫਿਰ ਲੇਟ ਪਹੁੰਚੇ ਅਸੀਂ ਮੋਟਾ ਪੈਂਦਾ ਨੀ ਆ ਬਹਿਜਾ ਬਹਿਜਾ ਤੂੰ ਪਹਿਲਾਂ ਪੈਗਲ ਤੁਰਿਆ ਬੋਲਦਾ ਨੀ ਕਦੇ ਦੱਸ ਨਾ ਨਾ ਤੂੰ ਲਾਇਆ ਨੀ ਪੈਗ ਨੀ ਲਾ ਚੱਲ ਬੀਅਰ ਵਾਲਾ ਮੈਂ ਪੈਗ ਵਾਲਾ ਨੀ ਬੀਅਰ ਵਾਲਾ ਕੈਮਰੇ ਸਾਹਮਣੇ ਸਾਰੇ ਮੁੱਕ ਜਾਂਦੇ ਛੱਡਤਾ ਵਾ ਕਿਦਾਂ ਦਾ ਬਹਿ ਲੈ ਕੁਰਸੀ ਲੈ
ਬੰਦਾ ਅਪਣਾਇਆ ਥੋੜੇ ਮਹਿੰਗੇ ਪਾਉਂਦਾ ਹੈ ਪੈਰ ਸੀ ਜਾਣਾ ਦੇ ਜਵਾਬ ਗਾੜੀਆਂ ਮੈਂ ਆਪਣੇ ਵਾਲਾ ਕੈਮਰਾ ਨੀ ਕਿਹਾ ਤੁਹਾਡੇ ਲਿਆ ਰੱਖਦਾ ਜੀ ਹੁਣ ਤੇਰਾ ਟਾਈਮ ਦੇ ਉਹ ਕਰਨਾ ਕਿੱਦਾਂ ਨੀ ਜਾਣਾ ਕਵਰ ਕਰੀਏ ਚੱਕਰ ਪੈ ਜਾਣਾ ਇੱਧਰ ਵੇ ਕੀ ਪਿਆ ਵਾ ਇਹ ਕੱਪੜੇ ਮੈਂ ਲਵਾ ਕਰਨੇ ਤੂੰ ਬਾਹਰ ਵੀ ਚਲ ਗਿਆ ਪੈਰਿਸ ਤਾਂ ਐਡਵਾਂਸ ਲਵਾਈ ਦੇ ਜਾਣੇ ਇਹਨੇ ਸਾਰਿਆਂ ਨੂੰ ਪੰਜਾਂ ਸੱਤਾਂ ਸਾਲਾਂ ਦੇ ਜਦੋਂ ਤੁਹਾਡਾ ਟਾਇਰ ਪਾਟਾਂ ਦੇ ਬਦਲੇ ਵਾ ਵੀ ਕੇ ਹੋਰ ਕੋਈ ਨੀ ਜੇ ਮੋੜੇ ਉਹਨੂੰ ਪਤਾ ਵਾ ਪੈਗ ਲਾ ਕੇ ਸਰ ਜਾਣਾ ਬੇਇੱਜ਼ਤੀ ਹੋਣੀ ਤੈਨੂੰ ਕੀ ਗੱਲ ਇਹ ਤਾਂ ਗਾਣੀ ਨੀ ਬੋਲਦਾ ਯਾਰ ਤੇ ਗਲਾਸੀ ਟੱਕ ਲੈ ਆਪਣਾ ਭਰਾ ਵੱਡਾ ਉਸਤਾਦ ਚੰਗਾ ਨਹੀਂ ਲੱਗਦਾ ਨਨੂ ਤੇ ਬੋਲੇ ਕੁੱਟ ਜਾਂਦਾ ਇੱਧਰ ਇੱਥੋਂ ਮੋਟਰ ਤੋਂ ਧੱਕੇ ਦੇ ਕੇ ਖੜਾ ਆਹ ਨੂੰ ਕਰ ਮੜਿਆ ਨਨੂ ਰੱਜਿਆ ਵੇ ਕਹਿੰਦੇ ਤੇ ਠੰਡੇ ਵਾਲੀ ਬੋਤਲ ਦਾ ਟੱਕਣ ਦਿੱਤਾ ਇੱਥੇ ਆ ਲੈ ਗਲਾਸੀ ਪਾਤੀ ਮੁੰਡੀ ਚਾ ਨਹੀਂ ਨਹੀਂ ਉਸਤਾਦ ਲੈ ਮੈਂ ਕੀ ਇੱਧਰ ਰੱਖਣਾ ਨਨੂ ਮੈਂ ਤਾਂ ਨਾ ਤੈਨੂੰ ਪੀਆ ਕਰ ਤੂੰ ਜ਼ਿਆਦਾ ਹੋ ਜਾਂਦਾ ਈ ਵੇਲਾ ਨੂੰ ਬੋਤਲਾਂ ਖੇਡੀ ਜਾਂਦਾ ਜੀ ਸ਼ਰਾਬੀ ਬੜਾ ਹੋ ਗਿਆ ਮੈਂ ਵੀ ਕੁੜੀ ਰੋਈ ਕਿੱਥੇ ਜਾਣੇ ਰੋਇਆ ਕਿੱਥੋਂ ਉਹਨਾਂ ਨੂੰ ਦੱਸਦੇ ਆ ਇਹਨੂੰ ਘਟਾਉਣਾ ਤਾਂ ਹੀ ਰੋਇਆ ਸਤਾ ਤੂੰ ਫੋਨ ਹੀ ਚੁੱਕਿਆ ਮੇਰੇ ਯਾਰ ਦੱਸ ਬੰਦਾ ਪੇ ਤੋਂ ਵਾਪਸ ਮੁੜ ਗਿਆ ਪੇ ਨਹੀਂ ਹੁੰਦਾ ਸਾਲਾ ਪਿਆ ਹੁੰਦਾ ਵਾ ਕਿੱਥੇ ਪਿਆ ਹੁੰਦਾ ਪਿਆ ਪਿਆ ਇਹਨਾਂ ਤਾਂ ਪਿਆ ਹੀ ਹੁੰਦਾ ਪੈਰ ਦੀ ਜੇਬ ਚ ਪਿਆ ਹੈ ਪੈਰ ਦੀ ਜੇਬ ਚ ਪਿਆ ਹੁੰਦਾ ਇਹਨਾਂ ਤਾਂ ਪਿਆ ਹੀ ਹੁੰਦਾ ਵਾ ਨੰਨੂ ਦਵਾਲੇ ਬਣਾ ਹੁੰਦਾ ਜੀ ਇਹ ਨਹੀਂ ਸਹੀ ਨੰਨੂ ਸੱਚਾ ਵਾ ਮੋਟੀ ਚੁੱਕਦਾ ਕੀ ਸਾਰੇ ਦੱਸਾਂ ਹੁਣ ਸਾਰਿਆਂ ਸਾਹਮਣੇ ਦੱਸ ਦੋ ਦੱਸ ਦੋ ਤੁਮ ਯਾਰ ਰਹਿਣ ਦੇ ਯਾਰ ਦੱਸ ਦੋ ਨਹੀਂ ਭਰਾ ਆਪਣਾ ਨੰਨੂ ਉਹ ਕੋਈ ਗੱਲ ਨਹੀਂ ਦੱਸ ਦੋ ਨਹੀਂ ਚਾ ਤੇ ਪਹਿਲੇ ਕਾਨੂੰਨ ਤਾਂ ਦੱਸ ਕੀ ਬਦਲਣ ਲੱਗੇ ਆ ਫੇਰ ਦੱਸੋ ਮੈਂ ਤੈਨੂੰ ਆਹੋ ਕਾਨੂੰਨ ਤੇ ਨਹੀਂ ਬਦਲਨੇ ਹਾਂ ਕੀ ਹੋਊਗਾ ਵੈਸੇ ਆਪਾਂ ਨੂੰ ਬਦਲਣਾ ਪੈਣਾ ਹੈ ਵੀ ਨਸ਼ੇ ਪੱਤੇ ਜਿਹੜੇ ਉਦਾਂ ਸੜਕਾਂ ਸੁੜਕਾਂ ਦੇ ਕਰਦੇ ਰਹਿੰਦੇ ਉਹ ਘਟ ਜਾਣਗੇ ਆਹ ਤਾਂ ਤੂੰ ਕੀ ਕਰਿਆ ਕਰਨਾ ਜਿੱਥੇ ਘਟ ਇਦਾਂ ਸੜਕਾਂ ਦੇ ਨਾ ਕਰਨ ਦੇਣਗੇ ਮੈਂ ਤਾਂ ਕਰਦਾ ਨਹੀਂ ਮੋਟਰ ਤੇ ਪੀ ਲਾਂਗਾ ਤੁਹਾਡੇ ਲਿਆ ਕੇ ਕੀ ਪੀਣਾ ਕੀ ਹੈ ਜੋ ਵੀ ਪੀਣਾ ਨਹੀਂ ਤੂੰ ਆਪੇ ਆਣਾ ਮੈਂ ਉੱਤੇ ਕੋਠੇ ਤੇ ਪੀਆ ਕਰਨੀ ਮੈਂ ਕੋਈ ਮੈਂ ਪੀਂਦਾ ਕੁਛ ਨਹੀਂ ਚੰਗਾ ਨਾ ਪੀਵੇਂਗਾ ਤੁਹਾਨੂੰ ਨਹੀਂ ਕਿਹਾ ਮੈਂ ਪੀਂਦਾ ਵਾਂ ਬੰਦਾ ਘੱਟ ਜੇ ਉਹ ਪੈਰਸ ਕਿੱਥੇ ਆ ਉਹ ਪੈਰਸ ਦੇ ਨਾਲ ਖਾਲ ਖੁਲ ਜਿਹੜੇ ਇਹਦੇ ਗੱਲ ਹੀ ਲੱਭ ਗਈ ਮੈਨੂੰ ਚੱਲ ਦੱਸ ਫਿਰ ਗੱਲ ਕਰੋ ਦੱਸ ਉਹ ਅਸੀਂ ਕੱਟ ਦੇਣੀ ਉਹਨੇ ਤੂੰ ਹੋਰ ਗੱਲ ਕਰਾਂ ਕੁੜੀ ਅਵੇ ਦੁਖਦੀ ਰਹਿ ਗਈ ਸਹੀ ਗੱਲ ਮੋਟਰ ਤੇ ਛੱਡ ਇਹਨੇ ਕਿਹਨੇ ਵੀ ਦੇਖਣਾ ਆਪਾਂ ਨੂੰ ਮੇਰੀ ਗੱਲ ਸੁਣ ਮੈਂ ਉਹ ਤੁਹਾਨੂੰ ਦੇਖ ਕੇ ਪਹਿਲਾਂ ਪਛਾਣ ਮੋੜਿਆ ਨਹੀਂ ਨਹੀਂ ਉਹ ਜਿੱਦਾਂ ਉਹ ਸ਼ਿਲਾਜੀਤ ਵਿੱਚ ਬੈਗ ਨੀ ਪਾਇਆ ਉਹ ਵੱਡਾ ਓਦਾਂ ਵਿੱਚ ਡਾਈਪਰ ਫੀਡਰ ਸ਼ਿਲਾਜੀਤ ਦੀ ਪੈਟਰੀ ਤਾਂ ਬੈਠੀ ਆ ਜਿੰਨੀ ਮਰਜ਼ੀ ਲਾ ਸਾਰੀ ਡੁੱਲ ਗਈ ਉਹਦੇ ਨਾ ਮਨਾਲੀ 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 ਬੰਦਾ ਆ ਗਿਆ ਉਹ ਬਥੇਰਾ ਕਵੇ ਪਿਓਰ ਆ ਕਹਿੰਦਾ ਪਿਓਰ ਇਦਾਂ ਦੀ ਇਹਨੂੰ ਕੱਚਾ ਕਰੀ ਜਾ ਭਾਵਾ ਉਹਨੂੰ ਕਵੇ ਹੋਰ ਕੱਢ ਉਹ ਬੈਗ 'ਚ ਫੇਰ ਹੱਥ ਮਾਰੇ ਫੇਰ ਕਰਨ ਲੱਗ ਗਿਆ ਉਹਦੀ ਸਾਰੀ ਕਰਦਾ ਕਰਦਾ ਥੋੜੀ ਥੋੜੀ ਖਾਈ ਜਾਵੇ ਥੋੜੀ ਇਧਰੋਂ ਖਾ ਕੋਈ ਇਧਰੋਂ ਖਾ ਇਹਨੇ ਕੋਟਾ ਪੂਰਾ ਕਰ ਲਿਆ ਆਪਣਾ ਘੱਟ ਲਾ ਲਿਆ ਡਿੱਗੀ ਜਾਣਾ ਝੋੜਾ ਵੇ ਹੋਣ ਡਿਆ ਦੋ ਪੈਗ ਦੀ ਮਾਰਨੀ ਮੇਰੇ ਮੂੰਹ
ਮੈਂ ਨਾ ਦਾਰੂ ਪੀਨਾ ਤੇ ਭਰਾਵਾ ਮੈਂ ਗੱਲਾਂ ਕਰਦਾ ਯਾਰ ਤੂੰ ਡਰ ਨਹੀਂ ਵਾਈਟ ਆਜਾ ਆਜਾ ਤੇਰੀਆਂ ਲਾਈਟਾਂ ਜਿੰਨੀ ਘੱਟ ਲੱਗਦੀਆਂ ਤੇਰੀਆਂ ਜਿਹੜੀਆਂ ਲੋ ਵੀ ਮਿੱਤਰੋ ਯਾਰ ਹੁਣੀ ਤਾਂ ਸੌਣ ਦੀ ਤਿਆਰੀ 'ਚ ਹੈ ਨਾ ਇਹਨੂੰ ਬਾਦਸ਼ਾਹ ਪਰ ਬੰਦੇ ਸਾਡੇ ਧੋਖਾ ਦੇ ਗਏ ਸਾਨੂੰ ਸਾਨੂੰ ਕਹਿੰਦੇ ਤੁਸੀਂ ਬਹੁ ਅਤੇ ਅਸੀਂ ਨਾ ਪਿੰਡ ਹੋ ਗਏ ਹਵੇਲੀ ਚਾਹ ਪੀ ਟੇ ਸਟੋਰੀ ਵੇਖੀ ਬੜੀ ਮਾੜੀ ਕੀਤੀ ਆਪਾਂ ਵੀ ਬੂਹਾ ਨਹੀਂ ਖੋਲ੍ਹਣਾ ਮੈਨੂੰ ਖੱਜਲ ਕਰਨਾ ਸੀ 15-20 ਮਿੰਟ ਖੱਜਲ ਕਰਨਾ ਸੀ ਉਹਨਾਂ ਨੂੰ ਠੀਕ ਆ ਬੰਦ ਕਰ ਦੇਣੀ ਹੈ ਅਤੇ ਬਾਕੀ ਭਰਾ ਵਲੋਗ ਚੰਗਾ ਲੱਗਾ ਅੱਗੇ ਸ਼ੇਅਰ ਕਰਦਾ ਕਰੋ ਜੇ ਤੁਸੀਂ ਹੱਸਦੇ ਜੇ ਕੋਈ ਹੋਰ ਵੀ ਭਰਾ ਵੀ ਹੱਸ ਲਏ ਅਤੇ ਬਾਕੀ ਤੁਹਾਨੂੰ ਚੇਤਾ ਕਰਾਉਣਾ ਪੈਂਦਾ ਵਾ ਕਮੈਂਟ ਕਰਦਾ ਕਰੋ ਅਤੇ ਜਿਹੜੇ ਬਲੌਗ ਵੇਖ ਵੇਖ ਕੇ ਸ਼ੂ ਮੰਤਰ ਹੋ ਜਾਂਦੇ ਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਭਰਾ ਕਰ ਲਿਓ ਮਿਲਦੇ ਆ ਨਵੇਂ ਬਲੌਗ ਦੇ ਨਾਲ ਕੱਲ੍ਹ ਸ਼ਾਇਦ ਟੋਚਣ ਵਾਲਾ ਬਲੌਗ ਬਣਾਈਏ ਕੋਸ਼ਿਸ਼ ਤਾਂ ਇਹੋ ਹੀ ਹੈ ਜੇ ਨਾ ਕੋਈ ਕੰਮ ਕਰ ਪਿਆ ਤਾਂ ਕਰੋ ਛੇਤੀ 500,000 ਲਾਈਵ ਹੋਣਾ ਜਿੱਦਾਂ 5 ਲੱਖ ਹੋ ਗਿਆ ਜਿੱਦਣ 5 ਲੱਖ ਹੋ ਗਏ ਉੱਦਣ ਲਾਈਵ ਆਵਾਂਗੇ ਘੱਟੋ ਘੱਟ ਵੀ 1 ਘੰਟੇ ਦਾ ਲਾਈਵ ਆਵਾਂਗੇ 1 ਘੰਟੇ ਦਾ ਕਿਉਂ ਐਵੇਂ ਕਰਾਂਗੇ ਬਸ ਜਵਾਬ ਹੀ ਦੇਵਾਂਗੇ ਜਵਾਬ ਹੀ ਦੇਵਾਂਗੇ ਤੇ 1 ਘੰਟਾ ਲਾਈਵ ਜੀ ਵਲੌਗ ਚੱਲੂ ਸਾਰਾ ਲਾਈਵ ਜੀ ਜੋ ਕੁਛ ਕਰਨਾ ਅਸੀਂ ਸਾਰੇ ਆਪੋ ਆਪਣੇ ਯੂਟਿਊਬ ਖੋਲ੍ਹ ਕੇ ਥੱਲੇ ਜਿੰਨੇ ਵੀ ਤੁਹਾਡੇ ਸਵਾਲ ਆਉਣਗੇ ਸਾਰਿਆਂ ਦੇ ਵੀ ਜਵਾਬ ਦਊਗਾ ਹੀ ਲਾਗੇ ਲੱਗੇ ਵੱਧ ਤੋਂ ਵੱਧ ਜਵਾਬ ਦੇਵਾਂਗੇ ਹੋਰ ਦੱਸੋ ਹੈਂ ਉੱਧਰ ਇੰਸਟਾਗ੍ਰਾਮ 'ਤੇ ਗੇੜਾ ਗੂੜਾ ਮਾਰਿਆ ਕਰੋ ਭਰਾ ਇੰਸਟਾਗ੍ਰਾਮ 'ਤੇ ਭਰਾਵਾ ਰੀਲਾਂ ਚੈੱਕ ਕਰ ਲੈਂਦੇ ਤੁਸੀਂ ਹੈਂ ਫੋਟੋ ਚੈੱਕ ਕਰ ਲੈਂਦੇ ਜੇ ਅਤੇ ਫੋਲੋ ਫੇਰ ਨਹੀਂ ਕਰਦੇ ਚੇਤਾ ਕਰਾਉਣਾ ਪੈਂਦਾ ਇਹਨਾਂ ਨੂੰ ਕਮਰਿਆਂ ਨੂੰ ਉੱਧਰ ਵੀ ਕਰਾਓ 2 ਮਿਲੀਅਨ ਛੇਤੀ ਉੱਧਰ ਵੀ ਕਰਾਵਾ ਚਲੋ ਬਈ ਇੱਧਰੋਂ ਸਹੀ ਇਹੀ ਹੈ ਬਾਏ ਬਾਏ ਕਾਹਨੂੰ ਗੱਲਾਂ ਕਰਾਈਆਂ ਗਈਆਂ ਸਥਾਨ